ਗੜਸ਼ੰਕਰ ਦੇ ਕਸਬਾ ਸਹਿਲਾ ਖੁਰਦ ਵਿਖੇ ਪੇਪਰ ਮਿਲ ਦੇ ਪ੍ਰਦੂਸ਼ਣ ਨੂੰ ਲੈ ਕੇ ਮੋਤਬਰਾਂ ਵੱਲੋਂ ਮੀਟਿੰਗ ਦਾ ਆਯੋਜਨ ਮਿਲ ਦੇ ਪ੍ਰਬੰਧਕਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਕਸਬਾ ਸਹਿਲਾ ਖੁਰਦ ਦੇ ਮੋਤਬਰਾਂ ਵੱਲੋਂ ਆਰੋਪ ਲਗਾਇਆ ਗਿਆ ਕਿ ਸਹਿਲਾ ਪੇਪਰ ਮਿਲ ਦੇ ਪ੍ਰਦੂਸ਼ਣ ਦੇ ਕਾਰਨ ਇਲਾਕੇ ਦੇ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਹਨ ਅਤੇ ਜ਼ਮੀਨੀ ਪਾਣੀ ਹਵਾ ਵੀ ਖਰਾਬ ਕੀਤੀ ਜਾ ਰਹੀ ਹੈ। ਲੋਕਾਂ ਨੇ ਦੱਸਿਆ ਕਿ ਇਸ ਮਿਲ ਨੇ ਲੋਕਾਂ ਨੂੰ ਰੁਜ਼ਗਾਰ ਘੱਟ, ਪ੍ਰਦੂਸ਼ਣ ਜ਼ਿਆਦਾ ਵੰਡਿਆ ਹੈ। ਮਿਲ ਤੋਂ ਦੁਖੀ ਲੋਕ ਸਹਿਲਾ ਖੁਰਦ ਇਲਾਕਾ ਛੱਡਣ ਨੂੰ ਮਜਬੂਰ ਹੋ ਰਹੇ ਹਨ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਮਿਲ ਨੇ ਪ੍ਰਦੂਸ਼ਣ ਪੰਜਾਬੀਆਂ ਨੂੰ ਵੰਡਿਆ ਹੈ, ਰੁਜ਼ਗਾਰ ਪਰਦੇਸੀ ਲੋਕਾਂ ਨੂੰ ਦਿੱਤਾ ਹੈ। ਮੀਟਿੰਗ ਦੇ ਦੌਰਾਨ ਇਲਾਕੇ ਦੇ ਲੋਕਾਂ ਨੇ ਪੇਪਰ ਮਿਲ ਨੂੰ ਪ੍ਰਬੰਧਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ 10 ਮਾਰਚ ਤੱਕ ਇਲਾਕੇ ਦੀਆਂ ਸਮੱਸਿਆਵਾਂ ਨੂੰ ਹੱਲ ਨਾ ਕੀਤਾ ਤਾਂ ਉਹ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਵੱਡੇ ਪੱਧਰ 'ਤੇ ਸੰਘਰਸ਼ ਕਰਨਗੇ। ਇਸ ਮੌਕੇ ਮਿਲ ਦੇ ਪ੍ਰਬੰਧਕਾਂ ਨੇ ਆਸ਼ਵਾਸਨ ਦਿਲਵਾਇਆ ਕਿ ਉਹਨਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇਗਾ। ਆਓ ਦੇਖਦੇ ਹਾਂ ਬਿੱਟੂ ਚੌਹਾਨ ਦੀ ਗੜਸ਼ੰਕਰ ਤੋਂ ਪੂਰੀ ਰਿਪੋਰਟ। ਜੇ ਤੁਸੀਂ ਸਾਡਾ ਯੂਟਿਊਬ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ। ਸੇਗਾ ਪੇਪਰ ਮਿਲ ਦੀ ਮੈਨੇਜਮੈਂਟ ਦੇ ਨਾਲ ਤਕਰੀਬਨ ਕਾਫੀ ਸਮੇਂ ਤੋਂ ਇਲਾਕੇ ਦਾ ਜਿਹੜਾ ਪਾਣੀ ਆ ਉਹ ਬਿਲਕੁਲ ਖਰਾਬ ਹੋ ਚੁੱਕਾ। 90-95% ਲੋਕ ਪੇਟ ਦੀਆਂ ਬਿਮਾਰੀਆਂ ਨਾਲ ਪੀੜਤ ਆ। ਇਲਾਕੇ ਦੇ ਵਿੱਚ ਕਾਲਾ ਪੀਲੀਆ ਅਣਗਿਣਤ ਜਿਹੜੇ ਇਸ ਵੇਲੇ ਮਾਮਲੇ ਆ ਉਹ ਕਾਲੇ ਪੀਲੀਏ ਦੇ ਆ। ਕੈਂਸਰ ਪੀੜਤ ਹੋ ਰਹੇ ਆ ਲੋਕ, ਔਰ ਪੇਪਰ ਮਿਲ ਦੁਆਰਾ ਜਿਹੜੀਆਂ ਗੈਸਾਂ ਛੱਡੀਆਂ ਜਾ ਰਹੀਆਂ ਬਿਲਕੁਲ ਸਾਹ ਲੈਣਾ ਦੁਰਬਰ ਹੋਏ ਆ। ਮੈਂ ਜਿਹੜਾ ਕੋਈ ਗ੍ਰੀਨ ਟ੍ਰਿਬਿਊਨਲ ਆਪਾਂ ਕਹਿ ਦਿੰਦੇ ਹਾਂ ਜੀ, ਪੋਲਿਊਸ਼ਨ ਕੰਟਰੋਲ ਬੋਰਡ, ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ, ਕੋਈ ਪ੍ਰਸ਼ਾਸਨਿਕ ਜ਼ਿੰਮੇਵਾਰੀ ਨਹੀਂ। ਬਿਲਕੁਲ ਇਹ ਜਿਹੜੀ ਪੇਪਰ ਮਿਲ ਆ ਇਹ ਇਸ ਵੇਲੇ ਰਹਿਸ਼ੀ ਇਲਾਕੇ ਦੇ ਵਿੱਚ 1.5-2 ਲੱਖ ਦੀ ਆਬਾਦੀ, 15-20 ਪਿੰਡਾਂ ਦੀ, ਇਸ ਤੋਂ ਬਿਲਕੁਲ ਪ੍ਰਭਾਵਿਤ ਆ। ਸਨੀ ਬੇਦੀ ਜੀ, ਅੱਜ ਇਲਾਕੇ ਨੇ ਇਕੱਠ ਕਰਕੇ ਜੀ ਆਪਾਂ ਸਹਿਲਾ ਖੁਰਦ ਕੁਆਂਟਮ ਪੇਪਰ ਮਿਲ ਵਾਲਿਆਂ ਦੇ ਨਾਲ ਮੀਟਿੰਗ ਕੀਤੀ ਆ। ਉਹਨਾਂ ਦੇ ਨੁਮਾਇੰਦੇ ਸਾਡੇ ਕੋਲ ਆਏ ਆ ਅਤੇ ਅਸੀਂ ਆਪਣੀਆਂ ਪ੍ਰੋਬਲਮਾਂ, ਜੋ ਪਾਣੀ ਦੀ ਪ੍ਰੋਬਲਮ ਆ, ਜੋ ਪੋਲਿਊਸ਼ਨ ਦੀ ਪ੍ਰੋਬਲਮ ਆ ਅਤੇ ਜੋ ਮੈਡੀਕਲ ਫੈਸਿਲਿਟੀ ਦੀ ਪ੍ਰੋਬਲਮ ਆ ਉਹਦੇ ਬਾਰੇ ਅਸੀਂ ਉਹਨਾਂ ਨੂੰ ਜਾਣੂ ਕਰਵਾਇਆ। ਅਤੇ ਮੈਨੇਜਮੈਂਟ ਨੇ ਸਾਨੂੰ ਭਰੋਸਾ ਦਿੱਤਾ ਆ ਕਿ ਜਿਹੜਾ ਪਾਣੀ ਆ ਅਤੇ ਹਵਾ ਆ ਇਹਦਾ ਹੱਲ ਉਹ 10 ਮਾਰਚ ਤੱਕ ਕਰਵਾਉਂਗੇ। ਅਤੇ ਬਾਕੀ ਅਸੀਂ ਉਹਨਾਂ ਦੀ ਗੱਲ ਦੇ ਉੱਪਰ ਯਕੀਨ ਕਰਕੇ ਉਹਨਾਂ ਨੂੰ 10 ਮਾਰਚ ਦਾ ਟਾਈਮ ਦਿੱਤਾ ਆ। ਜੇ 10 ਮਾਰਚ ਤੱਕ ਸਾਡਾ ਪਾਣੀ ਦਾ ਅਤੇ ਪੋਲਿਊਸ਼ਨ ਦਾ ਅਤੇ ਮੈਡੀਕਲ ਦਾ ਹੱਲ ਨਾ ਹੋਇਆ ਤਾਂ ਇਲਾਕਾ ਸਾਰਾ ਫੈਕਟਰੀ ਦੇ ਮੂਹਰੇ ਆਪਣਾ ਰੋਸ ਮੁਜ਼ਾਹਰਾ ਕਰੇਗਾ। ਗੁਰਮੁਖ ਸਿੰਘ ਸੋਢੀ, ਜੀਵਨਪੁਰ ਜੱਟਾਂ। ਮੈਨੂੰ ਇਲਾਕਾ ਸੈਲਾ ਪੈਂਦਾ ਜੀ, ਤਹਿਸੀਲ ਗੜਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ। ਸਾਡੇ ਲਾਗੇ ਪੇਪਰ ਮਿਲ ਸੈਲਾ ਆ ਜੀ, ਇਹਦੀਆਂ ਜੋ ਸਮੱਸਿਆਵਾਂ ਅਸੀਂ ਬਹੁਤ ਇਹਦੇ ਨਾਲ ਪੂਰਾ ਇਲਾਕਾ ਹੀ ਬਹੁਤ ਜੂਝ ਰਿਹਾ। ਇਹਦਾ ਪਾਣੀ ਹਵਾ ਇਹਨੇ ਖਰਾਬ ਕਰ ਦਿੱਤਾ ਹੈ, ਸਾਡੀ ਅਗਲੀ ਜਨਰੇਸ਼ਨ ਦਾ ਵੀ ਇਹਨੇ ਸੱਤਿਆਨਾਸ਼ ਕਰਤਾ। ਪਾਣੀ ਇੰਨਾ ਡੂੰਘਾ ਚੱਲ ਗਿਆ ਕਿ ਜਿਹੜਾ ਕਦੇ ਜੇ ਪਾਵਰ ਚੱਲ ਜਾਵੇ ਇੱਕ ਹਫ਼ਤੇ ਲਈ ਤਾਂ ਪਾਣੀ ਪੀਣ ਨੂੰ ਨਹੀਂ ਮਿਲੂਗਾ। ਇਹਦੇ ਨਾਲ ਬਿਮਾਰੀਆਂ ਇੰਨੀਆਂ ਕਿ ਕੈਂਸਰ, ਕਿਡਨੀਆਂ ਦੀਆਂ ਬਿਮਾਰੀਆਂ, ਪੀਲੀਆ ਆਲੇ ਦੁਆਲੇ ਦੇ 20-25 ਪਿੰਡਾਂ 'ਚ ਇਹ ਫੈਲ ਚੁੱਕਾ ਹੈ। ਅਸੀਂ ਕਈ ਵਾਰੀ ਖੂਨਦਾਨ ਕੈਂਪਾਂ 'ਚ ਦੇਖਿਆ, ਉਹ ਸਾਡੇ ਇਲਾਕੇ ਦੇ ਲੋਕਾਂ ਦਾ ਖੂਨ ਨਹੀਂ ਲੈ। ਸਾਡਾ ਇਹ ਰੋਸ ਸੀਗਾ ਪੇਪਰ ਮਿਲ ਦੀ ਮੈਨੇਜਮੈਂਟ ਦੇ ਨਾਲ ਤਕਰੀਬਨ ਕਾਫੀ ਸਮੇਂ ਤੋਂ ਇਲਾਕੇ ਦਾ ਜਿਹੜਾ ਪਾਣੀ ਆ ਉਹ ਬਿਲਕੁਲ ਖਰਾਬ ਹੋ ਚੁੱਕਾ। 90-95% ਲੋਕ ਪੇਟ ਦੀਆਂ ਬਿਮਾਰੀਆਂ ਨਾਲ ਪੀੜਤ ਆ। ਇਲਾਕੇ ਦੇ ਵਿੱਚ ਕਾਲਾ ਪੀਲੀਆ ਅਣਗਿਣਤ ਜਿਹੜੇ ਇਸ ਵੇਲੇ ਮਾਮਲੇ ਆ ਉਹ ਕਾਲੇ ਪੀਲੀਏ ਦੇ ਆ। ਕੈਂਸਰ ਪੀੜਤ ਹੋ ਰਹੇ ਆ ਲੋਕ, ਔਰ ਪੇਪਰ ਮਿਲ ਦੁਆਰਾ ਜਿਹੜੀਆਂ ਗੈਸਾਂ ਛੱਡੀਆਂ ਜਾ ਰਹੀਆਂ ਬਿਲਕੁਲ ਸਾਹ ਲੈਣਾ ਦੁਰਬਰ ਹੋਏ ਆ। ਮੈਂ ਜਿਹੜਾ ਕੋਈ ਗ੍ਰੀਨ ਟ੍ਰਿਬਿਊਨਲ ਆਪਾਂ ਕਹਿ ਦਿੰਦੇ ਹਾਂ ਜੀ, ਪੋਲਿਊਸ਼ਨ ਕੰਟਰੋਲ ਬੋਰਡ, ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ, ਕੋਈ ਪ੍ਰਸ਼ਾਸਨਿਕ ਜ਼ਿੰਮੇਵਾਰੀ ਨਹੀਂ। ਬਿਲਕੁਲ ਇਹ ਜਿਹੜੀ ਪੇਪਰ ਮਿਲ ਆ ਇਹ ਇਸ ਵੇਲੇ ਰਹਿਸ਼ੀ ਇਲਾਕੇ ਦੇ ਵਿੱਚ 1.5-2 ਲੱਖ ਦੀ ਆਬਾਦੀ, 15-20 ਪਿੰਡਾਂ ਦੀ, ਇਸ ਤੋਂ ਬਿਲਕੁਲ ਪ੍ਰਭਾਵਿਤ ਆ।
ਸਨੀ ਬੇਦੀ ਜੀ। ਅੱਜ ਇਲਾਕੇ ਨੇ ਇਕੱਠ ਕਰਕੇ ਜੀ ਆਪਾਂ ਸੈਲਾ ਖੁਰਦ ਕੁਆਂਟਮ ਪੇਪਰ ਮਿਲ ਵਾਲਿਆਂ ਦੇ ਨਾਲ ਮੀਟਿੰਗ ਕੀਤੀ ਆ। ਉਹਨਾਂ ਦੇ ਨੁਮਾਇੰਦੇ ਸਾਡੇ ਕੋਲ ਆਏ ਆ ਅਤੇ ਅਸੀਂ ਆਪਣੀਆਂ ਪ੍ਰੋਬਲਮਾਂ, ਜੋ ਪਾਣੀ ਦੀ ਪ੍ਰੋਬਲਮ ਆ, ਜੋ ਪੋਲਿਊਸ਼ਨ ਦੀ ਪ੍ਰੋਬਲਮ ਆ ਅਤੇ ਜੋ ਮੈਡੀਕਲ ਫੈਸਿਲਿਟੀ ਦੀ ਪ੍ਰੋਬਲਮ ਆ, ਉਹਦੇ ਬਾਰੇ ਅਸੀਂ ਉਹਨਾਂ ਨੂੰ ਜਾਣੂ ਕਰਵਾਇਆ ਅਤੇ ਮੈਨੇਜਮੈਂਟ ਨੇ ਸਾਨੂੰ ਭਰੋਸਾ ਦਿੱਤਾ ਆ ਕਿ ਜਿਹੜਾ ਪਾਣੀ ਆ ਅਤੇ ਹਵਾ ਆ ਇਹਦਾ ਹੱਲ ਉਹ 10 ਮਾਰਚ ਤੱਕ ਕਰਵਾਉਂਗੇ ਅਤੇ ਬਾਕੀ ਅਸੀਂ ਵੀ ਉਹਨਾਂ ਦੀ ਗੱਲ ਦੇ ਉੱਪਰ ਯਕੀਨ ਕਰਕੇ ਉਹਨਾਂ ਨੂੰ 10 ਮਾਰਚ ਦਾ ਟਾਈਮ ਦਿੱਤਾ ਆ। ਜੇ 10 ਮਾਰਚ ਤੱਕ ਸਾਡਾ ਪਾਣੀ ਦਾ ਅਤੇ ਪੋਲਿਊਸ਼ਨ ਦਾ ਅਤੇ ਮੈਡੀਕਲ ਦਾ ਹੱਲ ਨਾ ਹੋਇਆ ਤਾਂ ਇਲਾਕਾ ਸਾਰਾ ਫੈਕਟਰੀ ਦੇ ਮੂਹਰੇ ਆਪਣਾ ਰੋਸ ਮੁਜ਼ਾਹਰਾ ਕਰੇਗਾ। ਗੁਰਮੁਖ ਸਿੰਘ ਸੋਢੀ, ਜੀਵਨਪੁਰ ਜੱਟਾਂ। ਮੈਨੂੰ ਇਲਾਕਾ ਸੈਲਾ ਪੈਂਦਾ ਜੀ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ। ਸਾਡੇ ਲਾਗੇ ਪੇਪਰ ਮਿਲ ਸੈਲਾ ਆ ਜੀ, ਇਹਦੀਆਂ ਜੋ ਸਮੱਸਿਆਵਾਂ ਅਸੀਂ ਬਹੁਤ, ਇਹਦੇ ਨਾਲ ਪੂਰਾ ਇਲਾਕਾ ਹੀ ਬਹੁਤ ਜੂਝ ਰਿਹਾ। ਇਹਦਾ ਪਾਣੀ ਹਵਾ ਇਹਨੇ ਖਰਾਬ ਕਰ ਦਿੱਤਾ, ਸਾਡੀ ਅਗਲੀ ਜਨਰੇਸ਼ਨ ਦਾ ਵੀ ਇਹਨੇ ਸੱਤਿਆਨਾਸ਼ ਕਰਤਾ। ਪਾਣੀ ਇੰਨਾ ਡੂੰਘਾ ਚੱਲ ਗਿਆ ਕਿ ਜਿਹੜਾ ਕਦੇ ਜੇ ਪਾਵਰ ਚੱਲ ਜਾਵੇ ਇੱਕ ਹਫ਼ਤੇ ਲਈ ਤਾਂ ਪਾਣੀ ਪੀਣ ਨੂੰ ਨਹੀਂ ਮਿਲੂਗਾ। ਇਹਦੇ ਨਾਲ ਬਿਮਾਰੀਆਂ ਇੰਨੀਆਂ ਕਿ ਕੈਂਸਰ, ਕਿਡਨੀਆਂ ਦੀਆਂ ਬਿਮਾਰੀਆਂ, ਪੀਲੀਆ, ਆਲੇ ਦੁਆਲੇ ਦੇ 20-25 ਪਿੰਡਾਂ 'ਚ ਇਹ ਫੈਲ ਚੁੱਕਾ। ਅਸੀਂ ਕਈ ਵਾਰੀ ਖੂਨਦਾਨ ਕੈਂਪਾਂ 'ਚ ਦੇਖਿਆ, ਉਹ ਸਾਡੇ ਇਲਾਕੇ ਦੇ ਲੋਕਾਂ ਦਾ ਖੂਨ ਨਹੀਂ ਲੈਂਦੇ, ਉਹ ਕਹਿੰਦੇ ਇਹ ਖੂਨ ਲੈਣ ਦਾ ਫਾਇਦਾ ਨਹੀਂ, ਇਹ ਸਿੱਟਣਾ ਹੀ ਪੈਣਾ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਗੌਰਮੈਂਟ ਨੂੰ, ਫੈਕਟਰੀ ਨੂੰ, ਕਿ ਇਹਦਾ ਕੋਈ ਹੱਲ ਕੀਤਾ ਜਾਵੇ। ਸਾਡੇ ਇਲਾਕੇ ਨਾ ਤਾਂ ਕੋਈ ਨੌਕਰੀ ਮਿਲਦੀ ਆ, ਬਾਹਰਲੇ ਲੋਕ ਨੌਕਰੀ ਕਰਦੇ ਆ। ਸੈਲੇ ਦੀ ਜਿਹੜੀ ਲੋਕਾਂ ਦੀ ਜ਼ਮੀਨ ਵਿੱਚ ਆਈ ਸੀ, ਉਹਨਾਂ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਇੱਥੇ ਕੰਮ ਦੇਵਾਂਗੇ। ਉਹਨਾਂ ਬੰਦਿਆਂ ਨੇ ਜ਼ਮੀਨ ਵੇਚ ਕੇ ਉਹ ਗੱਡੀਆਂ ਪਾਈਆਂ, ਉਹ ਅੱਜ ਗੱਡੀਆਂ ਨੂੰ ਵੀ ਲੁੱਟ ਖਸੁੱਟ ਕਰਦੇ ਆ, ਉਹਨਾਂ ਨੂੰ ਕੰਮ ਨਹੀਂ ਦਿੰਦੇ, ਬਾਹਰੋਂ ਟਰਾਂਸਪੋਰਟ ਲਾ ਲੈਂਦੇ ਆ। ਸੈਲੇ ਦੀ ਟਰਾਂਸਪੋਰਟ ਨੂੰ ਕੰਮ ਨਹੀਂ ਮਿਲਦਾ, ਐਡੀ ਬੜੀ ਧੱਕੇਸ਼ਾਹੀ। ਹੁਣ ਮੈਂ ਲਫ਼ਜ਼ ਵਰ ਦੂੰਗਾ, ਬਦਮਾਸ਼ੀ। ਇਸ ਫੈਕਟਰੀ ਵੱਲੋਂ ਬਹੁਤ ਵੱਡੀ ਬਦਮਾਸ਼ੀ ਕੀਤੀ ਜਾ ਰਹੀ ਆ। ਅਸੀਂ ਕਈ ਵਾਰੀ ਮੱਟੂ ਸਾਹਿਬ ਤੇ ਹੋਰ ਦਸ ਮਾਰਚ ਤੱਕ ਇਨਕੋ ਟਾਈਮ ਦਿਆ ਕਿ ਸਮੈਲ ਔਰ ਜੋ ਧੂਏ ਕਾ ਇਸ਼ੂ ਹੈ ਵੋ ਹਮਾਰਾ ਰਿਜ਼ੋਲਵ ਹੋ ਜਾਏਗਾ। ਮੇਰੇ ਕੋ ਡੈਡਲਾਈਨ ਪਹਿਲੇ ਕੀ ਮਿਲੀ ਥੀ, ਪਰ ਮੈਨੇ ਫਿਰ ਵੀ ਥੋੜਾ ਟਾਈਮ ਐਕਸਟਰਾ ਲੇ ਕਰਕੇ ਆਪਕੋ 10 ਮਾਰਚ ਬੋਲਾ ਹੈ। ਬਾਕੀ ਕੀ ਜੋ ਸਮੱਸਿਆ ਇਹਨਾਂ ਨੇ ਮੇਰੇ ਬਤਾਈ ਹੈ ਵੋ ਐਜ਼ ਇਟ ਇਜ਼ ਕੀ ਐਜ਼ ਇਟ ਇਜ਼ ਆਜ ਹੀ ਮੈਨੇਜਮੈਂਟ ਕੋ ਪਹੁੰਚ ਜਾਏਗੀ, ਔਰ ਹਮਾਰੀ ਕੋਸ਼ਿਸ਼ ਰਹੇਗੀ ਕਿ ਇਨਕੀ ਮੀਟਿੰਗ ਮੈਨੇਜਮੈਂਟ ਕੇ ਸਾਥ ਡਾਇਰੈਕਟ ਹੋ, ਬਜਾਏ ਕਿਸੀ ਮੀਡੀਏਟਰ ਕੋ ਬੀਚ ਮੇਂ ਡਾਲਨੇ ਕੇ, ਸੋ ਦੈਟ ਦੋਨੋ ਤਰਫ ਸੇ ਏਕ ਕੋਆਰਡੀਨੇਸ਼ਨ ਬਣਾ ਰਹੇ। ਇਨਕੋ ਵੀ ਇਹ ਵਿਸ਼ਵਾਸ ਰਹੇ ਕਿ ਹਮਨੇ ਸਹੀ ਜਗ੍ਹਾ ਜਾਤ ਕੇ ਬਾਤ ਕਰੀ ਹੈ, ਔਰ ਮੈਨੇਜਮੈਂਟ ਕੋ ਵੀ ਇਹ ਰਹੇ ਕਿ ਹਾਂ ਮੈਂ ਜਿਸ ਕੇ ਸਾਥ ਕਾਮ ਕਰਨੇ ਕੋ ਜਾ ਰਹਾ ਹੂੰ ਵੋ ਜਾਇਜ਼ ਹੈ, ਸਮੱਸਿਆਏ ਹੱਲ ਹੋ ਜਾਏਗੀ। ਦੇਖੀਏ, ਅਗਰ ਦੋਨੋ ਤਰਫ ਸੇ ਕੋਸ਼ਿਸ਼ ਹੋਏਗੀ ਤੋ ਸਮੱਸਿਆ ਹੱਲ ਹੋ ਹੀ ਜਾਏਗੀ।